ਲੋ ਜੋ ਸਾਜੀ ਖਲੋ ਜੋ ਮੋਟਰਸਾਈਕਲ ਲੈ ਕੇ ਆ ਗਿਆ ਵਾ ਹੁਣ ਚੱਲੇ ਆ ਫਤਿਹਪੁਰ ਚਲੋ ਮੋੜੋ ਮੋੜ ਲਾ ਮੋੜ ਲਾ ਮੋੜ ਲਾ ਹੁਣ ਆਏ ਮੋਰੀ ਸਾਹਿਬ ਕੋ ਅਮਜਦ ਵੀ ਆਇਆ ਵਾ ਵਾਹ ਪੈੜੀ ਟੋਪੀ ਨਹੀਂ ਲਾਈ ਇਹਨੇ ਸਿਰ ਤੋਂ ਇਹ ਆਪਣਾ ਪਤਰੇਰ ਆ ਸੁਧੀ ਗਈਆਂ ਹੁਣ ਅੱਗੇ ਤੇ ਆ ਛੋਟਾ ਪਤਰੇਰ ਮਰ ਜਾ ਸਕੇ ਤੁਸੀਂ ਮੇਰਾ ਚੈਨਲ ਵੇਖੇ ਵਿਲਾ ਜੱਟ ਮਾਰਨ ਤੇ ਹੁਣ ਜਾ ਰਹੇ ਆ ਅੱਡੇ ਤੇ ਮੈਂ ਤਾਂ ਜਾ ਸਾਵਰਾਜ ਦੋਵੇਂ ਅੱਡੇ ਤੇ ਇਹ ਸ਼ੇਫ ਕਰਾਉਣ ਚੱਲਣਾ ਤੇ ਮੇਰਾ ਪੈਕੇਜ ਖਤਮ ਹੋ ਗਿਆ ਪੈਕੇਜ ਲਵਾਉਣ ਜਾ ਰਿਹਾ ਬੁਖਾਰ ਚੜਿਆ ਸੀਗਾ ਮੋਟਰਸਾਈਕਲ ਘਰ ਹੈ ਨਹੀਂ ਚਲੋ ਮੈਂ ਕਿਹਾ ਜਾਓ ਤੇਰੀ ਪੈਕੇਜ ਲਵਾ ਕੇ ਹੁਣ ਪੈਕੇਜ ਲਵਾਉਣ ਜਾ ਰਿਹਾ ਅੱਡੇ ਦਾ ਇੱਥੇ ਸਾਡੇ ਲਾਗੇ ਇਹਨਾਂ ਦਾ ਵੀ ਹੌਸਲਾ ਨਾ ਆ ਮਲੰਗਾ ਦਾ ਆ ਕੁਲੀਆਂ ਦਾ ਜੱਡੀ ਸਰਦੀ ਪੈ ਰਹੀ ਇਹਨਾਂ ਕੁਲੀਆਂ 'ਚ ਰਹਿ ਰਹੇ ਨੇ ਹਿੰਮਤ ਆ ਇੰਨਾ ਮਲੰਗਾ ਦੀ ਜਿਹੜੇ ਇੱਥੇ ਰਹਿੰਦੇ ਸਾਡੇ ਕੋਲ ਅੰਦਰ ਕਮਰਿਆਂ ਦੇ ਵਿੱਚ ਨਹੀਂ ਸਕੂਨ ਹੈ ਅਤੇ ਇਹਨਾਂ ਗਰੀਬਾਂ ਨੂੰ ਵੇਖ ਲਓ ਝੋਪੜੀਆਂ ਦੇ ਵਿੱਚ ਸਰਦੀ ਗਰਮੀ ਇਸ ਝੋਪੜੀ 'ਚ ਰਹਿਣਾ ਇਹਨਾਂ ਨੇ ਸਾਹਿਬ ਕੋ ਅਤੇ ਅਮਜਦ ਕੋ ਦੋਵਾਂ ਕੋ ਦੋਵਾਂ ਨੂੰ ਮਿਲਣ ਚੱਲਾਂ ਵਾ ਹੁਣ ਜਾ ਰਿਹਾ ਵਾਂ ਅੱਡੇ 'ਤੇ ਆ ਗਿਆ ਮੋਟਰਸਾਈਕਲ ਮੁੰਡਾ ਲੈ ਕੇ ਆ ਰਿਹਾ ਮੁੰਡਾ ਮੋਟਰਸਾਈਕਲ ਲੈ ਕੇ ਉਹਦਾ ਫਿਰ ਮੈਂ ਉਸ ਮੋਟਰਸਾਈਕਲ ਛੱਡ ਕੇ ਘਰ 'ਤੇ ਫਿਰ ਮੈਂ ਉਹਦੇ ਘਰ ਨੂੰ ਛੱਡ ਕੇ ਫਿਰ ਜਾਣਾ ਫਤਿਹਪੁਰ ਅੱਜ ਉੱਥੇ ਕੋਈ ਜੁਮਾ ਪੜਾਂਗਾ ਉਸ ਮਸਜਿਦ 'ਚ ਮੌਲਵੀ ਸਾਹਿਬ ਦੇ ਨਾਲ ਫਤਿਹਪੁਰ ਬਾ ਹੁਣ ਘਰੋਂ ਨਿਕਲ ਪਏ ਹਾਂ ਨਹਾਤੇ ਨਹਾ ਕੇ ਜੁਮੇ ਦੀ ਤਿਆਰੀ ਕੀਤੀ ਆ ਮੈਂ ਹੁਣ ਜੁਮਾ ਪੜਾਂਗੇ ਜਾ ਕੇ ਤਬੀਅਤ ਆਪੇ ਸੈੱਟ ਹੁੰਦੀ ਰਹੇਗੀ ਜੁਮਾ ਤਾਂ ਪੜੀਏ ਹੌਸਲਾ ਜਿਹੜੇ ਐਡੇ ਸਰਦੀ ਸਕੂਲ ਆ ਰਹੇ ਸਕੂਲ ਬੰਦ ਗੌਰਮੈਂਟ ਛੁੱਟੀ ਹੋ ਗਈ ਪ੍ਰਾਈਵੇਟ ਵਾਲਿਆਂ ਛੁੱਟੀਆਂ ਕੋਈ ਨਹੀਂ ਕੀਤੀਆਂ ਅਤੇ ਹੁਣ ਜਾ ਰਿਹਾ ਮੁੰਡਾ ਕਰ ਕਰ ਮੁੰਡਾ ਰਿਹਾ ਤਿਕਰਾ ਮੈਂ ਘਰੋਂ ਤੁਰ ਕੇ ਕਾਜ਼ੀਆਬਾਦ ਆ ਗਿਆ ਵਾ ਅਤੇ ਮੁੰਡੇ ਨਾ ਉਨਾ ਹੀ ਸਫ਼ਰ ਉਹਦਾ ਉਨਾ ਹੀ ਮੇਰਾ ਤਾਂ ਮੋਟਰਸਾਈਕਲ ਨਹੀਂ ਉੱਪੜਿਆ ਮੈਂ ਤੁਰ ਪੈਦਲ ਆ ਗਿਆ ਐਡੀ ਦੂਰ ਜੋ ਸਾਜੀ ਖਲੋ ਜੋ ਮੋਟਰਸਾਈਕਲ ਲੈ ਕੇ ਆ ਗਿਆ ਵਾ ਹੁਣ ਚੱਲੇ ਹਾਂ ਫਤਿਹਪੁਰ ਚਲੋ ਮੋੜੋ ਮੋੜ ਲਾ ਮੋੜ ਮੋੜ ਹੁਣ ਚੱਲੇ ਹਾਂ ਫਤਿਹਪੁਰ ਮੁੰਡੇ ਨੇ ਚੁੱਕ ਰਿਹਾ ਮੋਟਰਸਾਈਕਲ ਤਾਂ ਮੈਨੂੰ ਮੈਂ ਕਾਜ਼ੀਆਬਾਦ ਉਹਨਾਂ ਸਫ਼ਰ ਇਹਦਾ ਉਨਾ ਹੀ ਮੇਰਾ ਮੈਂ ਪੈਦਲ ਤੁਰ ਕੇ ਐਡੀ ਦੂਰ ਆ ਗਿਆ ਮੋਟਰਸਾਈਕਲ ਦੇਖ ਕੇ ਆ ਗਿਆ ਇਹਨਾਂ ਨੇ ਘਰ ਕੰਮ ਸ਼ੁਰੂ ਕੀਤਾ ਹੋਇਆ ਵਾ ਕੋਈ ਕੰਮ ਬਸ ਉੱਥੇ ਲੱਗੇ ਹੋਏ ਨੇ ਅੱਬੂ ਇਹਨਾਂ ਦੀ ਚਾਰਦਵਾਰੀ ਕਰਨ ਮੋਟਰਸਾਈਕਲ ਉੱਥੇ ਸੀਗਾ ਅਤੇ ਮੋਟਰਸਾਈਕਲ ਹੁਣ ਲੈ ਕੇ ਆਇਆ ਕਾਰ ਹੀ ਆ ਬੱਚੇ ਵੇਖ ਕੇ ਅੱਗੋਂ ਵੀ ਕਿੱਦਾਂ ਦਾ ਕੰਮ ਕਰ ਰਿਹਾ ਚੱਲ ਜਾ ਅੱਬੇ ਵਾਲੀ ਆਪ ਲਾਈ ਆ ਜਾਂ ਅੱਬੇ ਵਾਲੀ ਲਾਈ ਆ ਚਲੋ ਜਾ ਰਹੇ ਆ A few moments later. ਅਮਜਦ ਵੀ ਆਇਆ ਵਾ ਵਾਹ ਪੈੜੀ ਟੋਪੀ ਨਹੀਂ ਲਾਈ ਇਹਨੇ ਸਿਰ ਤੋਂ ਬਾਕੀ ਸਾਰਾ ਠੀਕ ਹੈ ਅਤੇ ਮੌਲਵੀ ਸਾਹਿਬ ਕੋਲ ਆਏ ਹੁਣ ਇੱਥੇ ਆਇਆ ਵਾ ਇੱਥੇ ਮੌਲਵੀ ਕੋਲ ਇਸੇ ਵਾਸਤੇ ਮੌਲਵੀ ਨੇ ਤੱਕਿਆ ਛੱਕੀਆ ਲਾਇਆ ਕੰਧ ਨਾਲ ਆਏ ਬੜਾ ਸਕੂਨ ਇੱਥੇ ਆਇਆ ਠੀਕ ਹੈ ਕਿਹਦਾ ਹਵਾ ਦਾ ਨਹੀਂ ਮੈਂ ਜਾਣਾ ਮੈਂ ਘਰ ਸੀਗਾ ਗਵਾਣ ਕੇ ਬੈਠਾ ਸੀਗਾ ਵੇਖ ਲਾ ਮੌਲਵੀ ਇਹ ਨਹੀਂ ਆ ਕੇ ਬੈਠੇ ਹਾਂ ਇੱਥੇ ਬਹੁਤ ਸਕੂਨ ਹੋਇਆ ਹੁਣ ਬੈਠੇ ਇਹਦੇ ਅੰਦਰ ਮੋਟਰਸਾਈਕਲ ਤਾਂ ਸਰਦੀ 'ਚ ਠਰ ਗਏ ਕਿ ਜੁੰਮਾ 'ਤੇ ਵਾਹ ਦਿਨ ਹੋ ਗਿਆ ਮੌਲਵੀ ਸਾਹਿਬ ਨਾਲ ਮੁਲਾਕਾਤ ਨਹੀਂ ਸੀ ਹੋਈ ਅਤੇ ਮੁਲਾਕਾਤ ਕਰਨ ਆਏ ਹਾਂ ਮੌਲਵੀ ਨਾਲ ਅਤੇ ਅਮਜਨ ਅੱਜ 12 ਕਿਲੋਮੀਟਰ ਸਫ਼ਰ ਕੀਤਾ ਕਰਕੇ ਇਹਨਾਂ ਨੂੰ ਸਿਰਫ ਮਿਲਣ ਆਇਆ ਜੁੰਮਾ ਪੜ੍ਹ ਕੇ ਆਇਆ ਮੌਲਵੀ ਸਾਹਿਬ 'ਤੇ ਮੈਂ ਹੁਣ ਚੱਲੇ ਹਾਂ ਘਰ ਇੱਧਰ ਅਮਜਨ ਭਾਈ ਬੈਠੇ ਜਿਹੜੇ ਬੂਟ ਪਾ ਕੇ ਬੈਠੇ ਨੇ ਬੂਟ ਲਾਏ ਨੇ ਸਰਦੀ ਇਹਨਾਂ ਨੇ ਜੁੰਮਾ ਕਰਨੀ ਹੈ ਹੁਣ ਜਾ ਰਿਹਾ ਨਾ ਫੈਰ ਕਰੇ ਹੁਣ ਅਮਜਦ ਕੋ ਅੱਛਾ ਹੋਰ ਮਸਲਾ ਬਣ ਗਿਆ ਬੜਾ ਸਕੂਨ ਮਾਹੌਲ ਸੀ ਹੁਣ ਫਿਰ ਠੰਡ ਹੋ ਗਈ ਪਿਛਲਾ ਟਾਈਮ ਹੋਏ ਤਾਂ ਫਿਰ ਤਾਂ ਠੰਡ ਹੋ ਗਈ
ਜਾਨਵਰਾਂ ਨੂੰ ਬੜਾ ਸਕੂਨ ਸੀ ਅੱਜ ਤਾਂ ਮਾਸ਼ਾਅੱਲਾ ਰੱਜੇ ਧੁੱਪ ਦੇ ਵਿੱਚ ਠੰਡ 'ਚ ਤਾਂ ਪੱਠੇ ਵੀ ਨਹੀਂ ਖਾਂਦੇ ਗਰੀਬ ਹੋਰ ਇਹਨਾਂ ਜਾਨਵਰਾਂ ਲੱਗ ਗਿਆ ਹਾਂ ਹੁਣ ਫਿਰ ਆ ਕੱਪੜਾ ਪਾ ਕੇ ਹਟਿਆ ਵਾਂ ਇੱਥੇ ਵੀ ਠੰਡ ਬਹੁਤ ਸੀਗੀ ਹੋ ਗਈ ਫਿਰ ਹੁਣ ਧੁੱਪ ਜਿਹੜੀ ਆ ਵੀ ਚਲੀ ਗਈ ਆ ਬੈਠੇ ਹਾਂ ਇੱਥੇ ਸਰਦੀ ਬਹੁਤ ਆ ਹੁਣ ਇੱਥੇ ਡੰਗਰ ਲਾ ਕੇ ਖੜ੍ਹੇ ਸੀਗੇ ਡੰਗਰ ਬੰਨਣ ਆਇਆ ਅਤੇ ਪਤਰੇਰ ਮੇਰਾ ਬਾਹਰ ਖੜ੍ਹੇ ਨੇ ਇਹਨਾਂ ਲਾ ਕੇ ਖਲੋਤਾ ਵਾਂ ਅੰਦਰੋਂ ਨਿਕਲ ਕੇ ਆਇਆ ਹੁਣ ਬਿਸਤਰੇ 'ਚੋਂ ਬਹੁਤ ਔਖਾ ਹਾਲਾਤ ਸੀ ਇਹ ਆਪਣਾ ਪਤਰੇਰ ਆ ਅਤੇ ਆਹ ਛੋਟਾ ਪਤਰੇਰ ਲੜੋ ਨਾ ਇੱਕ ਦੂਸਰੇ ਨਾਲ ਵੱਢਣ ਪੈਂਦੇ ਇੱਕ ਦੂਸਰੇ ਨੂੰ ਅਤੇ ਹੁਣ ਆਇਆ ਵਾਂ ਸਾਬਰ ਘਰੋਂ ਸਾਬਰ ਨੂੰ ਮਿਲ ਕੇ ਆਇਆ ਬਹੁਤ ਜ਼ਿਆਦਾ ਠੰਡ ਹੋਈ ਫਿਰਦੀ ਆ ਡੰਗਰ ਹੁਣ ਅੰਦਰ ਬੰਨਣੇ ਆ ਬਸ ਥੋੜ੍ਹੇ ਪੱਠੇ ਖਾ ਲੈਣ ਫਿਰ ਡੰਗਰ ਬੰਨਦਾ ਅੰਦਰ ਬਹੁਤ ਜ਼ਿਆਦਾ ਸਰਦੀ ਆ ਕੀ ਕਰੇ ਬੰਦਾ ਫਤਿਹ ਪਰ ਜਦੋਂ ਆਇਆ ਸਰਦੀ ਨੱਥਣ 'ਤੇ ਸੁਣਾਓ ਜੀ ਇੰਨਾ ਤਾਂ ਹੌਸਲਾ ਆਉਣਾ ਜਦੋਂ ਦੁੱਧ ਇਕੱਠਾ ਕਰਦੇ ਫਿਰਦੇ ਗਰੀਬ ਮੋਟਰਸਾਈਕਲ ਚੜ੍ਹੇ ਫਿਰਦੇ ਸਵੇਰ ਤੋਂ ਮੈਂ ਬਸ ਫਤਿਹਪੁਰ ਗਿਆ ਮਤਲਬ ਸਰਦੀ ਹੁਣ ਇੰਨੀ ਕੁ ਲੱਗਣ ਦੀ ਨਾ ਕੋਈ ਹਾਲਾਤ ਨਹੀਂ ਨਾ ਬੈਠਾ ਜਾਂਦੇ ਨਾ ਖਲੋਤਾ ਜਾਂਦੇ ਬਹੁਤ ਬੁਰਾ ਹਾਲਾਤ ਆ ਸਰਦੀ ਦੇ ਵਿੱਚ ਹੁਣ ਜਾ ਕੇ ਪੈਂਦੇ ਬਿਸਤਰੇ 'ਚ ਠੰਡ ਲੱਗੀ ਜਿਹੜੀ ਦੰਦਾਂ 'ਚ ਦੰਦ ਵੱਜ ਜਾਂਦੇ ਅੱਜ ਠੰਡ ਨਾਲ ਬਹੁਤ ਬੁਰਾ ਹਾਲਾਤ ਬਹੁਤ ਠੰਡ ਬਹੁਤ ਮਿਲਾਂਗੇ ਸਵੇਰੇ ਨਵੀਂ ਵੀਡੀਓ ਦੇ ਨਾਲ ਕੰਮ 'ਤੇ ਸਵੇਰੇ ਜਾਣਾ ਵਾ ਇੱਕ ਨਵੀਂ ਜਗ੍ਹਾ 'ਤੇ ਸਵੇਰੇ ਮਿਲਾਂਗੇ ਇਨਸ਼ਾ ਅੱਲਾਹ ਅੱਲਾਹ ਦੇ ਕੰਮ